ਹੁਣੇ ਹੁਣੇ ਚਰਚਾਵਾਂ ਛਿੜੀਆਂ ਸੀ ਕਿ ਰਤਨ ਸਿੰਘ ਅਜਨਾਲਾ ਦੇ ਬੇਟੇ ਬੌਨੀ ਅਜਨਾਲਾ ਅਕਾਲੀ ਦਲ ਚ ਸ਼ਾਮਿਲ ਹੋ ਰਹੇ ਨੇ ਤੇ ਇਹ ਵੀ ਕਿਹਾ ਜਾ ਰਿਹਾ ਸੀ ਕਿ ਹੋਟਲ ਤਾਜ ਚ ਸੁਖਬੀਰ ਤੇ ਬੌਨੀ ਅਜਨਾਲਾ ਦੀ ਮੀਟਿੰਗ ਹੋਈ ਹੈ ਜਿਸ ਚ ਤੈਅ ਹੋਇਆ ਕਿ ਕੱਲ੍ਹ ਹੋਣ ਵਾਲੀ ਰਾਜਾ ਸਾਂਸੀ ਦੀ ਰੈਲੀ ਚ ਬੌਨੀ ਅਕਾਲੀ ਦਲ ਚ ਸ਼ਾਮਿਲ ਹੋਣਗੇ ਪਰ ਜਿਵੇਂ ਹੀ ਸਾਡੀ ਟੀਮ ਵੱਲੋਂ ਬੌਨੀ ਅਜਨਾਲਾ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬੌਨੀ ਅਜਨਾਲਾ ਪਹਿਲਾਂ ਤਾਂ ਫੋਨ ਤੇ ਸਹੀ ਗੱਲਬਾਤ ਕਰਦੇ ਰਹੇ ਪਰ ਜਦੋਂ ਅਕਾਲੀ ਦਲ ਚ ਸ਼ਾਮਿਲ ਹੋਣ ਬਾਰੇ ਸਵਾਲ ਪੁੱਛਿਆ ਤਾਂ ਬਿਨਾਂ ਕੋਈ ਜਵਾਬ ਦਿੱਤੇ ਫੋਨ ਕਰ ਦਿੱਤਾ ਤੇ ਕਿਹਾ ਕਿ ਮੇਰੀ ਕਿਸੇ ਨਾਲ ਵੀ ਮੀਟਿੰਗ ਨਹੀਂ ਹੋਈ ਆਓ ਤੁਸੀਂ ਵੀ ਸੁਣੋ ਬੌਨੀ ਅਜਨਾਲਾ ਦੀ ਫੋਨ ਰਿਕਾਰਡਿੰਗ ਗੁਨੀ ਸਾਹਿਬ ਕੱਲ ਅਕਾਲੀ ਦਲ ਜੁਆਇਨ ਕਰ ਰਹੇ ਹੋ ਜੀ ਨਹੀਂ ਭਾਜੀ ਕੋਈ ਗੱਲ ਨਹੀਂ ਮੈਂ ਤੇ ਭੈਣ ਲੱਗੀ ਬੜਾ ਇੱਕ ਮਿੰਟ ਜਾਣਕਾਰੀ ਦੇ ਦਿਓ ਨਾ ਵੀ ਤੁਹਾਡੀ ਸੁਖਬੀਰ ਬਾਦਲ ਨਾਲ ਕੋਈ ਮੀਟਿੰਗ ਹੋਈ ਆ ਵੀ ਤੁਸੀਂ ਕੱਲ ਅਕਾਲੀ ਦਲ ਜੁਆਇਨ ਕਰ ਰਹੇ ਹੋ ਕੌਣ ਕਹਿੰਦਾ ਜੀ ਚਰਚਾ ਚੱਲ ਰਹੀ ਹੈ ਜੀ ਰਿਪੋਰਟਾਂ ਦੇ ਵਿੱਚ ਸਿਆਸੀ ਹਲਕਿਆਂ ਦੇ ਵਿੱਚ ਵੀ ਕੱਲ ਚਰਚਾ ਦੇ ਭਾਜੀ ਹਫਤੇ ਤੋਂ ਚਰਚਾ ਚੱਲਦੀ ਹੋਈ ਦੱਸ ਦਿੰਦਾ ਤਾਂ ਭਾਜੀ ਚਰਚਾ ਕੁਝ ਸਾਡੇ ਕੋਲ ਹੈਗਾ ਜੀ ਤਾਂ ਜੀ ਤਰੀਕਿਆਂ ਜੋ ਕਰਦੇ ਜੀ ਜੀ ਅੱਜ ਵੀ ਹੁਣ ਸਾਡੇ ਪੱਤਰਕਾਰ ਨੇ ਵੀ ਦੱਸਿਆ ਵੀ ਤੁਹਾਡੀ ਮੀਟਿੰਗ ਹੋਈ ਅਸੀਂ ਤੁਸੀਂ ਦੇਖ ਹੀ ਲਿਆ ਕਿ ਬੌਨੀ ਅਜਨਾਲਾ ਨੇ ਇੱਕਦਮ ਫੋਨ ਕਰ ਦਿੱਤਾ ਤੇ ਸਵਾਲਾਂ ਦੇ ਜਵਾਬ ਵੀ ਨਹੀਂ ਦਿੱਤੇ ਤੇ ਮੀਟਿੰਗ ਨੂੰ ਵੀ ਸਿਰੇ ਤੋਂ ਨਕਾਰ ਦਿੱਤਾ ਪਰ ਗਰਾਊਂਡ ਤੇ ਸਾਡੇ ਪੱਤਰਕਾਰ ਮੌਜੂਦ ਸਨ ਜਿਨ੍ਹਾਂ ਨੇ ਸਾਰਾ ਕੁਝ ਆਪਣੇ ਅੱਖੀ ਦੇਖਿਆ ਜਰਾ ਪੱਤਰਕਾਰ ਨਾਲ ਵੀ ਕੀਤੀ ਗੱਲਬਾਤ ਨੂੰ ਸੁਣੋ ਸੱਚਾ ਜੀ ਜਿਹੜੇ ਅਮਰਪਾਲ ਬੋਲੀ ਨੇ ਰਤਨ ਸਿੰਘ ਅਜਨਾਲਾ ਦੇ ਪੁੱਤਰ ਨੇ ਉਹਨਾਂ ਦੀ ਸੁਖਬੀਰ ਬਾਦਲ ਨਾਲ ਮੀਟਿੰਗ ਹੋਈ ਹੈ ਤਾਜ ਹੋਟਲ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਕੀ ਸੀ ਕਦੋਂ ਮੀਟਿੰਗ ਹੋਈ ਹੈ ਜੀ ਬਿਲਕੁਲ ਕੁਝ ਸਮਾਂ ਪਹਿਲਾਂ ਹੀ ਜਿਸ ਤਰ੍ਹਾਂ ਕਿ ਸੁਖਬੀਰ ਬਾਦਲ ਜਦੋਂ ਕੱਲ ਦੀ ਰੈਲੀ ਦੀ ਤਿਆਰੀਆਂ ਲਈ ਜਦੋਂ ਅੰਮ੍ਰਿਤਸਰ ਏਅਰਪੋਰਟ ਤੇ ਪਹੁੰਚੇ ਦਾ ਕਿਉਂਕਿ ਕੱਲ ਉਹਨਾਂ ਨੇ ਰੈਲੀ ਕੀਤੀ ਜਾਣੀ ਇਸ ਕਰਕੇ ਉਹ ਅੱਜ ਹੀ ਉਹ ਵਰਕਰਾਂ ਨਾਲ ਮੀਟਿੰਗ ਕਰਕੇ ਤੇ ਉਹਨਾਂ ਜੋ ਤਿਆਰੀ ਦਾ ਜਾਇਜ਼ਾ ਲੈਣਗੇ ਉਸ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਹੋਟਲ ਤਾਜ ਦੇ ਵੀ ਠਹਿਰੇ ਜਿੱਥੇ ਕਿ ਅਮਰਪਾਲ ਸਿੰਘ ਪੋਨੀ ਅਤੇ ਉਹਨਾਂ ਦੇ ਭਰਾ ਜੋ ਕਿ ਆਪਣੇ ਉਹਨਾਂ ਦੇ ਘਰ ਦੇ ਨਜ਼ਦੀਕ ਹੈ ਇੱਥੋਂ ਉਹਨਾਂ ਨੂੰ ਸੁਖਬੀਰ ਬਾਦਲ ਨੂੰ ਮੀਟਿੰਗ ਕਰਕੇ ਆਏ ਹਨ ਹਾਲਾਂਕਿ ਪਿਛਲੇ ਕੁਛ ਦਿਨਾਂ ਤੋਂ ਹੀ ਜੋ ਵਹਾਂ ਚੱਲ ਰਹੀਆਂ ਸਨ ਕਿ ਅਮਰਪਾਲ ਸਿੰਘ ਬੋਨੀ ਜੋ ਕਿ ਟਕਸਾਲੀ ਦੇ ਆਗੂ ਹਨ ਉਹ ਅਕਾਲੀ ਦਲ ਬਾਦਲ ਦੇ ਵਿੱਚ ਸ਼ਾਮਿਲ ਹੋ ਸਕਦੇ ਹਨ ਜਿਸ ਤਰ੍ਹਾਂ ਦੀ ਇਹ ਮੀਟਿੰਗ ਹੁਣ ਹੋਈ ਹੈ ਔਰ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਦੋਂ ਕੱਲ੍ਹ ਜੋ ਰੈਲੀ ਹੈ ਰਾਜਸਥਾਨ ਦੇ ਵਿੱਚ ਅਕਾਲੀ ਦਲ ਦੀ ਜੋ ਕਿ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਰੈਲੀ ਜੋ ਕੀਤੀ ਜਾ ਰਹੀ ਹੈ ਉਸਦੇ ਵਿੱਚ ਅਮਰਪਾਲ ਸਿੰਘ ਬੋਨੀ ਅਜਨਾਲਾ ਸ਼ਾਮਿਲ ਹੋ ਸਕਦੇ ਹਨ ਜੀ 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 ਸੱਚਿਆਨ ਮੇਰੀ ਵੀ ਅਮਰਪਾਲ ਬੋਨੀ ਨਾਲ ਗੱਲਬਾਤ ਹੋਈ ਥੋੜ੍ਹਾ ਟਾਈਮ ਪਹਿਲਾਂ ਫੋਨ ਉਹ ਕੱਟ ਕੇ ਜਦੋਂ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਥੋੜ੍ਹੀ ਸੁਖਬੀਰ ਬਾਦਲ ਨਾਲ ਮੀਟਿੰਗ ਹੋਈ ਹੈ ਵੀ ਤੁਹਾਡੀ ਵੀ ਤੁਸੀਂ ਅਕਾਲੀ ਦਲ ਨੂੰ ਜੁਆਇਨ ਕਰ ਰਹੇ ਹੋ ਕਹਿੰਦੇ ਵੀ ਮੇਰੀ ਕੋਈ ਮੀਟਿੰਗ ਨਹੀਂ ਹੋਈ ਫੋਨ ਕੱਟ ਕੇ ਚਲੇ ਗਏ ਤੁਸੀਂ ਨੇ ਜਦੋਂ ਮੀਟਿੰਗ ਤੁਸੀਂ ਦੇਖਿਆ ਆਪ ਜੀ ਬਿਲਕੁਲ ਜਿਸ ਤਰ੍ਹਾਂ ਕਿ ਸਵੇਰ ਤੋਂ ਹੀ ਜੋ ਅਮਰਪਾਲ ਸਿੰਘ ਬੋਨੀ ਦੇ ਬਾਰੇ ਚਰਚਾ ਸੀ ਕਿ ਸੁਖਬੀਰ ਬਾਦਲ ਨੂੰ ਅੱਜ ਮਿਲਣਗੇ ਸੁਖਬੀਰ ਬਾਦਲ ਅੰਮ੍ਰਿਤਸਰ ਸੁਖਬੀਰ ਬਾਦਲ ਅੰਮ੍ਰਿਤਸਰ ਏਅਰਪੋਰਟ ਤੋਂ ਹੋਟਲ ਤਾਜ ਦੇ ਵਿੱਚ ਗਏ ਤਾਂ ਅਮਰਪਾਲ ਸਿੰਘ ਬੋਨੀ ਜੋ ਇਨੋਵਾ ਦੇ ਵਿੱਚ ਭਰਾ ਦੇ ਨਾਲ ਪਹੁੰਚੇ ਔਰ ਹਾਲਾਂਕਿ ਹੋਟਲ ਦੇ ਅੰਦਰ ਹੋਣ ਕਰਕੇ ਨਾ ਤਾਂ ਕੋਈ ਅਸੀਂ ਅਧਿਕਾਰੀ ਤੌਰ ਤੇ ਪੁੱਛੀ ਕਰ ਸਕਦੇ ਹਾਂ ਕਿ ਉਹਨਾਂ ਨੂੰ ਮਿਲੇ ਲੇਕਿਨ ਇਹ ਜ਼ਰੂਰ ਹੈ ਕਿ ਜੋ ਹੋਟਲ ਤਾਜ ਦੇ ਵਿੱਚ ਅਮਰਪਾਲ ਸਿੰਘ ਬੋਨੀ ਦਾ ਤੇ ਉਹਦੇ ਭਰਾ ਦਾ ਜਾਣਾ ਸੁਖਬੀਰ ਬਾਦਲ ਨੂੰ ਮਿਲਣਾ ਇਹ ਤੈਅ ਸੀ ਕਿ ਜਿਸਨੇ ਵਹਾਂ ਪਿਛਲੇ ਕੁਛ ਦਿਨਾਂ ਤੋਂ ਆ ਰਹੀਆਂ ਸਨ ਕਿ ਅਮਰਪਾਲ ਸਿੰਘ ਬੋਨੀ ਦੇ 13 ਤਰੀਕ ਦੀ ਜੋ ਰੈਲੀ ਹੈ ਰਾਜਸਥਾਨ ਵਿੱਚ ਉਹਦੇ ਵਿੱਚ ਸ਼ਾਮਿਲ ਹੋ ਸਕਦੇ ਹਨ ਇਸ ਕਰਕੇ ਇਸਨੂੰ ਇਹ ਜੋ ਘਟਨਾ ਮੀਟਿੰਗ ਹੈ ਇਸ ਨੂੰ ਇਹ ਜੋ ਕਿਹਾ ਜਾਂਦਾ ਕਿ ਕੱਲ ਜੋ ਅਮਲੀ ਜਾਮਾ ਪਹਿਨਾਇਆ ਜਾ ਸਕਦਾ ਹੈ ਜਦੋਂ ਅਮਰਪਾਲ ਸਿੰਘ ਬੋਨੀ ਅਕਾਲੀ ਦਲ ਦੇ ਬਾਦਲ ਵਿੱਚ ਸ਼ਾਮਿਲ ਹੋਣਗੇ ਜੀ ਜੀ ਸੱਚਿਆਨ ਜੇਕਰ ਅਮਰਪਾਲ ਬੋਨੀ ਅਜਨਾਲਾ ਕੱਲ ਅਕਾਲੀ ਦਲ ਨੂੰ ਜੁਆਇਨ ਕਰਦੇ ਨੇ ਤਾਂ ਟਕਸਾਲੀਆਂ ਨੂੰ ਵੀ ਇੱਕ ਵੱਡਾ ਝਟਕਾ ਹੋਵੇਗਾ ਜੀ ਬਿਲਕੁਲ ਜਿਸ ਤਰ੍ਹਾਂ ਕਿ ਅਕਾਲੀ ਦਲ ਦੇ ਲਈ ਵੱਡਾ ਝਟਕਾ ਹੋਏਗਾ ਜਿਸ ਤਰ੍ਹਾਂ ਕਿ ਸੁਖਦੇਵ ਸਿੰਘ ਢੀਂਡਸਾ ਹੀ ਉਹਨਾਂ ਨੇ ਆਏ ਹਨ ਉਹਨਾਂ ਦਾ ਬੇਟਾ ਜੋ ਅਕਾਲੀ ਦਲ ਨੂੰ ਛੱਡ ਕੇ ਆਏ ਹਨ ਇਸ ਕਰਕੇ ਅਕਾਲੀ ਦਲ ਬਾਦਲ ਵੱਲੋਂ ਕਾਫ਼ੀ ਦੇਰ ਤੋਂ ਇਹ ਜੋ ਕੋਸ਼ਿਸ਼ ਕੀਤੀ ਜਾ ਰਹੀ ਸੀ ਕਿ ਟਕਸਾਲੀ ਆਗੂਆਂ ਦਾ ਕੋਈ ਵੀ ਨੇਤਾ ਅਕਾਲੀ ਦਲ ਬਾਦਲ ਨੂੰ ਸ਼ਾਮਿਲ ਕੀਤਾ ਜਾਏ ਤਾਂ ਕਿ ਉਹਨਾਂ ਦੇ ਅਕਾਲੀ ਦਲ ਟਕਸਾਲੀ ਦੇ ਪੈਰ ਫੜ ਜਾ ਸਕਣ ਕਿਉਂਕਿ ਦਿਨ ਬ ਦਿਨ ਜੋ ਅਕਾਲੀ ਦਲ ਟਕਸਾਲੀ ਸੀ ਉਹ ਪੈਰ ਫਸਾ ਰਿਹਾ ਸੀ ਚਾਹੇ ਉਹ ਦਿੱਲੀ ਦੇ ਵਿੱਚ ਹੋਏ ਚਾਹੇ ਪੰਜਾਬ ਦੇ ਵਿੱਚ ਸੁਖਦੇਵ ਸਿੰਘ ਢੀਂਡਸਾ ਨਾਲ ਪਰਮਿੰਦਰ ਢੀਂਡਸਾ ਵੇ ਇਸ ਕਰਕੇ ਅਕਾਲੀ ਦਲ ਬਾਦਲ ਵਾਸਤੇ ਇਹ ਜੋ ਚੁਣੌਤੀ ਬਣਦੇ ਜਾ ਰਹੇ ਸਨ ਅਕਾਲੀ ਦਲ ਟਕਸਾਲੀ ਇਸ ਕਰਕੇ ਜੋ ਕਿਹਾ ਜਾ ਸਕਦਾ ਕਿ ਇਹ ਜੋ ਵੱਡਾ ਕਦਮ ਹੈ ਅਕਾਲੀ ਦਲ ਬਾਦਲ ਦਾ ਔਰ ਵੱਡੀ ਪ੍ਰਾਪਤੀ ਕਹੀ ਜਾ ਸਕਦੀ ਹੈ ਜੇਕਰ ਅਮਰਪਾਲ ਸਿੰਘ ਬੋਨੀ ਕੱਲ੍ਹ ਅਕਾਲੀ ਦਲ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਜੀ ਜੀ ਜਾਣਕਾਰੀ ਦੇਣ ਲਈ ਸਕੈਨ ਬਹੁਤ ਬਹੁਤ ਧੰਨਵਾਦ ਬੋਨੀ ਦੇ ਅਕਾਲੀ ਦਲ 'ਚ ਸ਼ਾਮਿਲ ਹੋਣ ਦੀਆਂ ਚਰਚਾਵਾਂ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਚੱਲਦੀਆਂ ਆ ਰਹੀਆਂ ਨੇ ਪਰ ਬੋਨੀ ਵੱਲੋਂ ਇਸ ਨੂੰ ਸਿਰੇ ਤੋਂ ਨਕਾਰ ਦਿੱਤਾ ਬਾਕੀ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਕੱਲ੍ਹ ਹੋਣ ਵਾਲੀ ਰੈਲੀ 'ਚ ਬੋਨੀ ਅਕਾਲੀ ਦਲ 'ਚ ਸ਼ਾਮਿਲ ਹੁੰਦੇ ਨੇ ਜਾਂ ਫਿਰ ਨਹੀਂ ਅੰਮ੍ਰਿਤਸਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ